ਹੈ ਕੀ ਚੀਜ਼ ਹੈ ਜੀ? ਲੱਗਦਾ ਤਾਂ ਅਜੀਬ ਜਿਹੀ ਲੱਗਦੀ ਹੈ, ਛੋਟਾ ਜਿਹਾ ਹੁੰਦਾ। ਸਰ ਸਰ ਇਹ ਪੀਕਨ ਪਾਈ। ਪੀਕਨ ਪਾਈ ਜੀ, ਅੱਜ ਤੁਹਾਨੂੰ ਅਸੀਂ ਅਮੈਰੀਕਾ ਦੀਆਂ ਤਿੰਨ ਕਿਸਮ ਦੀਆਂ ਪਾਈ ਖਿਲਾ ਰਹੇ ਹਾਂ। ਇਹਦੇ 'ਚ ਮੈਨੂੰ ਲੱਗਦਾ ਕਿ ਚੋਕਲੇਟ ਪਾਈ ਹੈ ਅਤੇ ਬਿਸਕੁਟ ਹੈਗਾ ਥੱਲੇ, ਅਤੇ ਵਿੱਚ ਮੈਨੂੰ ਲੱਗਦਾ ਕਿ ਅਖਰੋਟ ਪਾਏ। ਅੱਛਾ, ਮਾਂ ਅਖਰੋਟ ਵੀ ਪਏ ਹੋਏ ਨੇ? ਅਖਰੋਟ ਨਹੀਂ ਹੈ, ਪੀਕਨ ਹੈਗੇ ਆ, ਅਖਰੋਟ ਵਰਗੇ ਹੁੰਦੇ ਆ। ਅੱਛਾ, ਅਖਰੋਟ ਵਰਗੇ ਪੀਕਨ ਹੈਗਾ। ਅਖਰੋਟ ਪਾਏ ਨੇ, ਇਹ ਬੜੇ ਮਜ਼ੇਦਾਰ, ਬੜੇ ਜਦੀ ਉਹ ਮਿੱਠੇ ਹੀ ਹੁੰਦੇ ਜਾ ਰਹੇ ਨੇ। ਅਤੇ ਕਿਆ ਖੁਸ਼ਬੂਆਂ ਆ ਰਹੀਆਂ ਮੂੰਹ ਦੇ ਵਿੱਚੋਂ, ਇਹਨੇ ਮੈਨੂੰ ਖੁਸ਼ਬੂਆਂ ਮਹਿਸੂਸ ਹੋ ਰਹੀਆਂ। ਆ ਜਿਹੜਾ ਇੱਥੇ ਫਰੂਟ ਪਿਆ ਤਾਕਤ ਵਾਲਾ, ਜਿਹੜਾ ਹਲਵਾ ਉਹਦਾ ਕੀ ਮਿਠਾਸ ਆ ਰਹੀ ਹੈ, ਕੀ ਜ਼ਾਕੇ ਨੇ। ਤੁਹਾਨੂੰ ਖੰਘ ਲੱਗੀ ਹੋਵੇ ਨਾ ਠੰਡ ਦੀ ਵਜ੍ਹਾ ਤੋਂ, ਜਾਂ ਤੁਹਾਨੂੰ ਠੰਡ ਲੱਗ ਜਾਏ ਕਿਸੇ ਵੀ ਵਜ੍ਹਾ ਤੋਂ, ਅਤੇ ਫਿਰ ਤੁਸੀਂ ਕੋਸ਼ਿਸ਼ ਕਰੋ ਪਿਕਨ ਭਾਈ ਜਿਹੜਾ ਨਾ ਇੰਨਾ ਕੁ ਖਾ ਲਵੋ। ਚਾਹ ਦਾ ਕੱਪ ਹੁੰਦਾ ਕਿਆ ਬਾਤ, ਕੇਕਾਂ ਦੇ ਬੜੇ ਕੇਕ ਖਾਈ ਜਾਂਦੇ, ਫਰੂਟ ਕੇਕ। ਉਹ ਕਹਿੰਦੇ ਕਹਿੰਦੇ ਇਹ ਮਾਸ਼ਾ ਨੂੰ ਖਾ ਜਾ ਕੇਕ ਹੈਗਾ, ਹਮੇਸ਼ਾ ਪਹਿਲਾਂ ਦੁੱਧ ਆਂਡੇ ਕੋਈ ਸ਼ਹਿਦ ਵਗੈਰਾ ਪਾਇਆ ਹੋਇਆ, ਜਿੰਨਾ ਕੁ ਮਿੱਠਾ ਹੈਗਾ ਹੈ। ਇੰਝ ਲੱਗਦਾ ਜਿਸ ਤਰ੍ਹਾਂ ਬੰਦਾ ਬਿਸਕੁਟ ਹੀ ਖਾ ਰਿਹਾ। ਲਓ ਜੀ, ਮੈਨੂੰ ਪਹਿਲੇ ਖੰਘ ਲੱਗੀ ਸੀ, ਮੈਂ ਪਾਈ ਖਾਧੀ ਹੈ ਅਤੇ ਮੇਰੀ ਖੰਘ ਠੀਕ ਹੋ ਗਈ। ਪੀਕਨ ਤਾਂ ਜੀ ਮੈਂ ਪਹਿਲੀ ਦਫ਼ਾ ਹੀ ਸੁਣ ਰਿਹਾ ਅਤੇ ਪਹਿਲੀ ਦਫ਼ਾ ਹੀ ਖਾ ਰਿਹਾ, ਵੈਸੇ ਸਾਨੂੰ ਅਖਰੋਟ ਦਾ ਪਤਾ ਹੈ। ਵੈਸੇ ਜਿਹੜਾ ਜ਼ੈਕਾ ਹੈਗਾ ਇਹਦਾ ਅਖਰੋਟ ਦਾ ਜ਼ੈਕਾ। ਸਾਡੇ ਤਾਂ ਅਖਰੋਟ ਕਦੇ ਵੀ ਕਿਸੇ ਨੇ ਖਾਧੇ ਤਾਂ ਨਹੀਂ, ਖਾ ਲਿਆ ਜਾਂ ਕੇ ਹਲਵਾ ਬਣਾ ਲਿਆ ਅਤੇ ਖਾ ਲਿਆ। ਕਿਹਨਾਂ ਨੇ ਯਾਰ ਪੀਕਨ ਪਾਈ ਬਣਾ ਦਿੱਤੀ, ਕਿਆ ਬਾਤ, ਕੀ ਮਜ਼ੇਦਾਰ ਜ਼ੈਕਾ ਬਣਾ ਦਿੱਤਾ। ਬੰਦੇ ਦਾ ਦਿਲ ਹੀ ਕਰ ਰਿਹਾ ਕਿ ਮੈਂ ਛੱਡ ਦੇਵਾਂ, ਉੱਤੋਂ ਦਿਲ ਕਰ ਰਿਹਾ ਥੋੜ੍ਹਾ ਥੋੜ੍ਹਾ ਕਰਕੇ ਖਾਵਾਂ, ਖਤਮ ਹੀ ਨਾ ਹੋ ਜਾਵੇ। ਸਾਡੇ ਇੱਥੇ ਨਾ ਅਕਸਰ ਮਠਿਆਈ ਬਿਸਕੁਟ ਚਾਹ ਦੇ ਨਾਲ ਹੀ ਖਾਂਦੇ ਆ। ਪਰ ਸਾਡੇ ਲੋਕ ਜਿਹੜਾ ਖਾਸ ਕਰਕੇ ਛੁਹਾਰਾ, ਖਜੂਰ ਜਾਂ ਖਰੂਟ ਸਰਦੀਆਂ 'ਚ ਇਸਤੇਮਾਲ ਕਰਦੇ ਨੇ, ਸ਼ਹਿਦ ਹੋ ਗਿਆ ਸਰਦੀਆਂ 'ਚ ਇਸਤੇਮਾਲ ਕਰਦੇ ਆ। ਇਹਦਾ ਮਤਲਬ ਵੀ ਸਰਦੀਆਂ ਹੀ ਖਾਂਦੇ ਹੋਣਗੇ, ਕਿਉਂਕਿ ਜਿਹੋ ਜਿਹਾ ਗਰਮ ਬਣਿਆ ਹੋਇਆ। ਪੰਪਕਿਨ ਪਾਈ ਹੈ। ਪੰਪਕਿਨ ਪਾਈ, ਪੰਪਿੰਗ ਪੰਪਕਿਨ ਕਿਹਨੂੰ ਕਹਿੰਦੇ ਆ? ਉਹ ਪੇਠੇ ਨੂੰ ਫਿਰ ਐਡਾ ਵੱਡਾ ਪੇਠਾ ਨਹੀਂ ਹੁੰਦਾ? ਹਾਂ ਜੀ ਹਾਂ, ਜਾਂ ਵੱਡਾ ਕੱਦੂ, ਹਲਵਾ ਕੱਦੂ ਜਿਹਨੂੰ ਅਸੀਂ ਹਲਵਾ ਕੱਦੂ ਕਹਿੰਦੇ ਹਾਂ। ਲੋ ਜੀ, ਸਬਜ਼ੀਆਂ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਚੀਜ਼ ਹੁੰਦੀ ਨਾ, ਉਹ ਪੇਠਾ ਹੁੰਦਾ, ਵੱਡਾ ਵੱਡਾ ਮਾਸ਼ਾਅੱਲਾ ਬਣ ਜਾਂਦਾ ਉਹਦਾ ਵਜ਼ਨ, ਅਤੇ ਉਹਦੀ ਕਮਾਲ ਦੀ ਹਲਵੇ ਪੱਕਦੇ ਨੇ, ਉਹਦੀ ਸਬਜ਼ੀ ਕਮਾਲ ਦੀ ਪੱਕਦੀ। ਇਹ ਲੈਣ ਜਾਏਗੀ ਆਪ ਸੂਜੀ ਨਹੀਂ ਅਸੀਂ ਬਣਾਉਂਦੇ, ਸੂਜੀ ਹਲਵਾ, ਹਲਵਾ ਟਾਈਪ ਹੈਗਾ, ਬਸ ਨਰਮ ਜਿਹਾ। ਮਜ਼ਾ ਇੰਝ ਹੀ ਆ ਰਿਹਾ ਜਿਵੇਂ ਹਲਵਾ ਹੀ ਖਾ ਰਿਹਾ ਪੇਠੇ ਦਾ, ਲੇਕਿਨ ਜਿਹੜੀ ਪਿਕਨ ਪਾਈ ਨੇ ਇਹਦੇ ਨਾਲ ਦਾ ਜ਼ਾਇਕਾ ਬਣ ਗਿਆ, ਖਾਣ ਦਾ ਟੇਸਟ ਹੀ ਹੋਰ ਆ ਗਿਆ। ਇਹ ਤਾਂ ਬਹੁਤ ਹੀ ਸ਼ਾਨਦਾਰ ਚੀਜ਼ ਹੈ ਜੀ, ਬੜੀ ਮਜ਼ੇਦਾਰ ਹੈਗੀ ਜੀ, ਇਹਦਾ ਤਾਂ ਇਹੋ ਜਿਹਾ ਜ਼ਾਇਕਾ ਤਾਂ ਮੈਨੂੰ ਸਾਰੀ ਜ਼ਿੰਦਗੀ ਨਹੀਂ ਕਦੀ ਆਇਆ। ਇਹਦੇ 'ਚ ਮਿੱਠਾਪਨ ਵੀ ਹੈ ਅਤੇ ਥੋੜ੍ਹਾ ਜਿਹਾ ਨਮਕੀਨਪਨ ਵੀ ਆ ਰਿਹਾ। ਅਤੇ ਬਾਕੀ ਯਾਰ ਤੁਸੀਂ ਇਹ ਪੈਂਠਾ ਜਿਹੜਾ, ਪੈਂਠਾ ਤਾਂ ਬੜੇ ਬੜੇ ਚੀਜ਼ਾਂ ਬਣਦੀਆਂ ਉਹਦੇ 'ਚ। ਇੱਥੇ ਪੇਠੇ ਨੂੰ ਬੜੇ ਬੜੇ ਤਰੀਕੇ ਨਾਲ ਲੋਕ ਖਾਂਦੇ ਨੇ, ਸਾਲਨ ਪਕਾ ਲਓ, ਭਾਵੇਂ ਗੋਸ਼ਤ ਪਾ ਲਓ, ਭਾਵੇਂ ਉਹਦਾ ਹਲਵਾ ਪਕਾ ਲਓ, ਤੁਸੀਂ ਇੱਕ ਆਪਣੇ ਤਰੀਕੇ ਦੇ ਨਾਲ ਪੰਪਿੰਗ ਪਾਈ ਬਣਾਈ। ਮੈਨੂੰ ਤਾਂ ਇਹ ਲੱਗਦਾ ਜਿਸ ਤਰ੍ਹਾਂ ਦਾਲਚੀਨੀ ਦਾ ਸਫੂਫ ਕਰਕੇ ਨਾ ਉਹ ਇਹਦੇ ਵਿੱਚ ਪਾਇਆ ਗਿਆ। ਅਕਸਰ ਇਵੇਂ ਸਾਡੀ ਖਤਾਈ ਮਿਲਦੀ ਹੈ, ਖਤਾਈਆਂ ਵੀ ਉਸ ਹੱਥ ਲਾਓਗੇ ਭੁੱਲਦੀਆਂ ਜਾਣਗੀਆਂ, ਜਿਵੇਂ ਭੁੱਲਦਾ ਜਾ ਰਿਹਾ। ਅੱਜ ਤਾਂ ਮੈਨੂੰ ਇੰਝ ਹੀ ਲੱਗ ਰਿਹਾ ਜਿਵੇਂ ਈਦ ਹੈਗੀ, ਈਦ ਵਾਲੇ ਦਿਨ ਹੀ ਮਿੱਠਾ ਨਾ ਖਾਈਦਾ। ਯਕੀਨ ਜਾਣਾ ਤੁਹਾਡੇ ਨਾਲ ਗੱਲ ਕਰਨ 'ਤੇ ਦਿਲ ਨਹੀਂ ਮੇਰਾ ਕਰ ਰਿਹਾ, ਮੈਂ ਕਹਿੰਦਾ ਬਸ ਇਹ ਚਮਚਾ ਲਾ
ਤੈਨੂੰ ਖਾਈ ਜਾ। ਬਿਸਕੁਟਾਂ ਦੇ ਉੱਤੇ ਉਹਨਾਂ ਨੇ ਹਲਵਾ ਟਾਈਪ ਬਣਾ ਕੇ, ਬਿਲਕੁਲ ਕੋਈ ਵਿੱਚ ਨਹੀਂ ਉਹ ਮੂੰਗਫਲੀ ਜਾਂ ਅਖਰੋਟ ਜਾਂ ਕੁਛ ਵੀ, ਬਿਲਕੁਲ ਸਿੰਪਲ ਜਿਹਾ ਹਲਵਾ ਹੈ, ਨਰਮ ਜਿਹਾ। ਉਹਦੇ 'ਚ ਚੀਨੀ ਲੱਗੀ ਹੋਈ ਹੈ, ਇਹ ਤਾਂ ਲੱਗ ਗਈ ਬਾਕਾ ਖਾਂਦੇ ਨਹੀਂ ਚੀਨੀ ਉੱਤੇ ਲਾ ਕੇ ਸੀ ਜਲੇ। ਇਹ ਕੀ ਸ਼ਵਾਰਮਾ ਹੈਗਾ? ਵਾਹ ਜੀ ਵਾਹ, ਵਾਹ ਜੀ ਵਾਹ। ਇਹ ਕੀ ਚੀਜ਼ ਹੈ ਜੀ? ਐਪਲ ਪਾਈ। ਐਪਲ ਪਾਈ? ਐਪਲ ਪਾਈ ਸੇਬਾਂ ਦੇ ਨਾਲ ਤਿਆਰ ਹੋਈ ਯਾਰ, ਕਮਾਲ ਕਰਤੀ ਹੈ ਵੈਸ। ਸਾਰੀਆਂ ਤਾਕਤ ਵਾਲੀਆਂ ਚੀਜ਼ਾਂ ਤਾਂ ਮਿੱਠੀਆਂ। ਬੜਾ ਢੱਕ ਕੇ ਰੱਖਿਆ ਲੱਗਦਾ ਇਹਨੂੰ, ਸਰਦੀ ਲੱਗਦੀ ਪਈ ਸੀ। ਇਹ ਤਾਂ ਲੱਗਦਾ ਜਿਵੇਂ ਸੇਬ ਦਾ ਮੁਰੱਬਾ ਵਿੱਚ ਪਾਇਆ। ਸੇਬ ਦਾ ਮੁਰੱਬਾ ਦੇ ਨਾਲ ਉਹ ਜਿਵੇਂ ਹਲਵਾ ਵਗੈਰਾ ਮਿੱਠੀ ਚੀਜ਼ ਬਣਾ ਕੇ ਲਿਕੁਇਡ ਜਿਹਾ ਬਣਾ ਕੇ ਬਣਾਇਆ। ਇਹ ਜਿਹੜਾ ਪਾਈ ਨਾ ਐਪਲ ਪਾਈ, ਜ਼ਰਾ ਖੱਟੀ ਮਿੱਠੀ ਸੀ, ਉਹ ਖਟਾਸ ਨਹੀਂ ਗਈ ਜਿਹੜੀ ਬੰਦਾ ਕਵੇ ਕਿ ਯਾਰ ਮੈਂ ਖਾ ਨਹੀਂ ਸਕਦਾ ਇਹਨੂੰ। ਤੁਸੀਂ ਇਹੋ ਜਿਹੀ ਖਟਾਸ, ਇਹਨੂੰ ਖਾਣ ਦਾ ਵੀ ਮਜ਼ਾ ਆ ਰਿਹਾ। ਇਹ ਐਪਲ ਪਾਈ ਜਿਹੜੀ ਹੈ ਨਾ, ਯਕੀਨ ਜਾਣੋ ਕਿ ਇਹਨੇ ਬਾਕੀ ਜਿਹੜੀਆਂ ਦੋ ਪਾਈਆਂ ਸਨ ਉਹਨੂੰ ਕੱਟ ਕਰ ਦਿੱਤਾ। ਇਹ ਤਾਂ ਬੜਾ ਖੱਟਾ ਹੈਗਾ, ਇਹ ਉੱਤੇ ਚੀਨੀ ਲੱਗਦਾ ਧੂੜੀ ਹੋਈ, ਜਿਸ ਤਰ੍ਹਾਂ ਕੁਲਚੇ ਦੇ ਉੱਤੇ ਤਿਲ ਨਹੀਂ ਪਾਏ ਹੁੰਦੇ। ਮਾਸ਼ਾ ਉੱਤੋਂ ਹੀ ਬੜਾ ਖੂਬਸੂਰਤ ਬਣਾਇਆ, ਥੱਲੋਂ ਵੀ ਬੜਾ ਖੂਬਸੂਰਤ, ਵਿੱਚ ਉਹਨਾਂ ਵਿੱਚ ਤੈਲ ਆਈ ਹੋਈ ਹੈ। ਬਾਕੀ ਸਵਾਦ ਬੜਾ ਆ ਰਿਹਾ ਖਾਣ ਨਾਲ, ਕਿਆ ਜ਼ਾਇਕਾ ਆ ਰਿਹਾ, ਅਤੇ ਮੇਰੀ ਤਾਕਤ ਦੀ ਤਾਕਤ ਹੈਗੀ ਭਾਈ ਬੇਸ਼ੁਮਾਰ। ਸੇਬ ਤਾਂ ਇੰਨੀ ਤਾਕਤ ਵਾਲੀ ਚੀਜ਼ ਹੁੰਦੀ ਹੈ, ਅਤੇ ਬਹੁਤ ਸਾਰਾ ਲੋਹਾ ਪਾਇਆ ਜਾਂਦਾ। ਬੜੀ ਮਜ਼ੇਦਾਰ ਬਣਾਈ ਜੀ, ਕਿਆ ਬਾਤ ਹੈ ਜੀ। ਲਓ ਜੀ, ਇਹਦੀ ਖੁਸ਼ਬੂ ਐਂ ਲੱਗ ਰਹੀ ਜਿਸ ਤਰ੍ਹਾਂ ਕੋਈ ਪਰਫਿਊਮ ਲਗਾਇਆ ਹੈ। ਸਾਡੇ ਜ਼ਿਆਦਾ ਇਹੋ ਜਿਹੇ ਜ਼ਿਆਦਾ ਬੁਸਰੀ ਪਕਾਉਂਦੇ ਨੇ। ਬੁਸਰੀ ਕੀ ਹੁੰਦੀ ਹੈ ਜਨਾਬ? ਸ਼ੱਕਰ ਦੀ ਰੋਟੀ ਬਣਾ ਕੇ, ਤਿੰਨ ਚਾਰ ਤਾਵਾਂ ਬਣਾ ਕੇ ਬੁਸਰੀ ਬਣਾ ਕੇ ਅਸੀਂ ਦਿੰਦੇ ਹਾਂ। ਸਾਨੂੰ ਕੀ ਪਤਾ ਕਿ ਇਹੋ ਜਿਹੇ ਚੀਜ਼ਾਂ ਵੀ ਪਾਏ ਹੋਏ, ਸੇਬ ਵੀ ਪਾਉਂਦੇ ਨੇ। ਇਹ ਵੀ ਅਮਰੀਕਾ 'ਚ ਹੀ ਖਾਧੀ ਜਾਂਦੀ ਜੀ? ਹਾਂਜੀ। ਹਾਏ 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 ਹਾਏ, ਮੈਨੂੰ ਲੱਗਦਾ ਹੁਣ ਅਮਰੀਕਾ ਹੀ ਜਾ ਕੇ ਰਹਿਣਾ ਪੈਣਾ, ਉੱਥੇ ਤਾਂ ਬੜੀਆਂ ਮਜ਼ੇਦਾਰ ਚੀਜ਼ਾਂ ਬਣਦੀਆਂ ਜੀ। ਇਹੋ ਜਿਹੀਆਂ ਡਿਸ਼ਾਂ ਨੇ ਇਹਨਾਂ ਤਿੰਨੋਂ ਹੀ ਪਾਈਆਂ, ਅਤੇ ਠੰਡ ਪਈ ਹੋਵੇ ਫੁੱਲ, ਉੱਥੇ ਬਹਿ ਕੇ ਇਹਨਾਂ ਦਾ ਮਜ਼ਾ ਬੰਦਾ ਲਾਵੇ, ਸਮੁੰਦਰ ਦੇ ਕਿਨਾਰੇ ਜਾਂ ਬਰਫਾਂ 'ਚ ਬੈਠਾ ਹੋਵੇ। ਅਤੇ ਅਸੀਂ ਤਾਂ ਵੈਸੇ ਆਲੂ ਹੀ ਦੇਖੇ ਸਨ ਮਲੀਦਾ ਹੁੰਦੇ, ਪਰ ਯਕੀਨ ਜਾਣੋ ਇਹ ਤਾਂ ਦੇਖੋ ਸੇਬ ਨੂੰ ਉਹਨਾਂ ਨੇ ਕਰਕੇ ਬਣਾ ਕੇ ਉਬਾਲ ਕੇ ਮੁਰੱਬਾ ਬਣਾ ਕੇ ਇਹਦੇ ਵਿੱਚ ਉਹਨਾਂ ਨੇ ਲਾ ਦਿੱਤਾ। ਬੜੀ ਫਨਕਾਰੀ ਹੈ ਜੀ, ਇਹ ਤਾਂ ਕਮਾਲ ਕਰ ਛੱਡਿਆ, ਬੜਾ ਮਜ਼ੇਦਾਰ ਕੰਮ ਬਣਾ ਤਾ ਇਹਨਾਂ ਨੇ। ਸਾਡਾ ਜਿਹੜਾ ਸੇਬ ਹੁੰਦਾ ਜਿਹੜਾ ਜਿਹੜਾ ਫਰੂਟ ਚਾਟ ਪਾ ਦਿੱਤਾ, ਵੈਸੇ ਸ਼ੇਪ ਕੱਟ ਕੇ ਬਣਾ ਦਿੱਤਾ, ਮਿਲਕ ਸ਼ੇਪ ਬਣਾ ਦਿੱਤਾ। ਲੇਕਿਨ ਇਹ ਕੀ ਕਿਆ ਬਾਤ ਹੈ ਇਹਨਾਂ ਦੀ ਸੋਚ, ਕੀ ਕੀ ਚੀਜ਼ਾਂ ਬਣਾਉਂਦੇ? ਇਹ ਬਿਲਕੁਲ ਲਿਕੁਇਡ ਟੈਪ ਬਣਾ ਕੇ ਵਿੱਚ ਸੂਜੀ ਜਿਹੜਾ ਮੇਵਾ ਪਾ ਕੇ ਫਿਰ ਉੱਤੇ ਇਹਨੂੰ ਪਕਾ ਕੇ ਫਿਰ ਪੇਸ਼ ਕਰਦੇ ਨੇ। ਜਿਹੜਿਆਂ ਦੇ ਮਸਾਲੇ ਮਸੂਲੇ ਜੇ ਉਹ ਚੀਜ਼ਾਂ ਪਾਈਆਂ, ਯਕੀਨ ਜਾਣੋ ਇੰਝ ਲੱਗਦਾ ਜਿਸ ਤਰ੍ਹਾਂ ਉਹ ਸੇਬ ਦਾ ਜੈਮ ਨਹੀਂ ਹੁੰਦਾ, ਇੰਝ ਲੱਗਦਾ ਪਿਆ ਸੇਬ ਦਾ ਜੈਮ ਹੀ ਖਾ ਰਹੇ ਹਾਂ। ਅੱਜ ਅਮੈਰੀਕਾ ਦੀਆਂ ਡਿਫਰੈਂਟ ਪਾਈਆਂ ਖਾਧੀਆਂ, ਬੜਾ ਹੀ ਮਜ਼ਾ ਆਇਆ, ਯਕੀਨ ਕਰੋ ਨਹੀਂ ਭੁੱਲਣ ਵਾਲੀਆਂ ਚੀਜ਼ਾਂ। ਅਤੇ ਤੁਸੀਂ ਵੀ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ, ਆਪਣਾ ਬੈੱਲ ਆਈਕਨ ਦਬਾਓ, ਆਪਣੇ ਦੋਸਤਾਂ ਨੂੰ ਸ਼ੇਅਰ ਕਰੋ, ਆਪਣੀ ਸਿਹਤ ਦਾ ਖਿਆਲ ਰੱਖੋ। ਸਾਨੂੰ ਤੁਸੀਂ ਇਜਾਜ਼ਤ ਦਿਓ, ਇਨਸ਼ਾਅੱਲਾ ਫਿਰ ਮੁਲਾਕਾਤ ਹੋਏਗੀ। ਅੱਲਾਹ।